ਗੁਰਦਾਸਪੁਰ ਦੇ ਸ਼ਹਿਰ ਬਟਾਲਾ ਤੋਂ ਇੱਕ ਵਾਰ ਫਿਰ ਦਿਲ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ। ਪਿੱਛੇ ਜਿੱਥੇ ਪਟਾਕਾ ਫੈਕਟਰੀ ਦੇ ਵਿੱਚ ਧਮਾਕਾ ਹੋਇਆ ਸੀ ਅਤੇ ਹੁਣ ਬਟਾਲਾ ਦੇ ਮਸ਼ਹੂਰ ਚੱਕਰੀ ਬਾਜ਼ਾਰ ਦੇ ਵਿੱਚ ਅਗਨੀਕਾਂਡ ਦੀ ਘਟਨਾ ਵਾਪਰ ਗਈ ਹੈ। ਦੱਸਣਯੋਗ ਹੈ ਕਿ ਮਸ਼ਹੂਰ ਚੱਕਰੀ ਬਾਜ਼ਾਰ ਦੇ ਵਿੱਚ ਮਹਿਕ ਹੈਂਡਲੂਮ ਦੀ ਬਿਲਡਿੰਗ ਦੇ ਵਿੱਚ ਦੇਰ ਰਾਤ ਭੀਸ਼ਣ ਅੱਗ ਲੱਗ ਗਈ। ਦਮਕਲ ਵਿਭਾਗ ਦੀਆਂ ਗੱਡੀਆਂ ਦੇ ਲੇਟ ਪੁੱਜਣ ਦੇ ਕਾਰਨ ਅੱਗ ਇੰਨਾ ਭਿਆਨਕ ਰੂਪ ਲੈ ਗਈ ਸੀ ਕਿ ਉਸਨੇ ਲੱਖਾਂ ਦਾ ਨੁਕਸਾਨ ਕਰ ਦਿੱਤਾ। ਦੱਸਣਯੋਗ ਹੈ ਕਿ ਨੇੜਲੇ ਘਰਾਂ ਅਤੇ ਦੁਕਾਨਾਂ ਨੂੰ ਵੀ ਅੱਗ ਨੇ ਆਪਣੀ ਚਪੇਟ ਦੇ ਵਿੱਚ ਲੈ ਲਿਆ। ਲੋਕ ਖੁਦ ਹੀ ਪਾਣੀ ਦੀਆਂ ਬਾਲਟੀਆਂ ਦੇ ਨਾਲ ਅੱਗ ਤੇ ਕਾਬੂ ਪਾਉਂਦੇ ਹੋਏ ਨਜ਼ਰ ਆਏ। ਅੱਗ ਲੱਗੀ ਹੈ ਲਾਗੇ ਨਿੱਕੇ ਨਿੱਕੇ ਘਰ ਦਾ ਪ੍ਰਸ਼ਾਸਨ ਨੂੰ ਪਹਿਲਾਂ ਹੀ ਚਾਹੀਦਾ ਸੀ ਕਿ ਐਡੀ ਵੱਡੀ ਆਬਾਦੀ ਇੱਥੇ ਰਹਿੰਦੀ ਆ, ਉਹਦੇ ਵਾਸਤੇ ਸ਼ਹਿਰ ਦੇ ਵਿੱਚ ਹੀ ਛੋਟੀਆਂ ਮੋਬਾਈਲ ਹੁਣ ਗੱਡੀਆਂ ਹੁੰਦੀਆਂ, ਮੋਟਰਸਾਈਕਲ ਗੱਡੀਆਂ ਹੁੰਦੀਆਂ ਜਿਹਨਾਂ ਨਾਲ ਅੱਗ ਨੂੰ ਕਾਬੂ ਪਾਇਆ ਜਾ ਸਕਦਾ ਸੀ। ਅੱਜ ਤਾਂ ਮਹੱਲਾ ਵਾਸੀਆਂ ਨੇ ਰਲ ਕੇ ਸਾਥ ਅੱਗ ਨੂੰ ਕਾਬੂ ਪਾਉਣ ਚ ਯੋਗਦਾਨ ਪਾਤਾ। ਜੇ ਰਾਤ ਹੋਰ ਹੋ ਜਾਂਦੀ, ਲੋਕੀ ਇੱਥੇ ਨਾ ਹੁੰਦੇ ਤਾਂ ਫਿਰ ਇਸ ਅੱਗ ਨੂੰ ਕਿੱਦਾਂ ਕਾਬੂ ਪਾਇਆ ਜਾ ਸਕਦਾ ਸੀ। ਇਸ ਕਰਕੇ ਪ੍ਰਸ਼ਾਸਨ ਨੂੰ ਚਾਹੀਦਾ ਅਜੇ ਕੱਲ ਧਰਨਾ ਦੇ ਕੇ ਹਟੇ ਆ ਕਿ ਪਾਣੀ ਚੱਕਰੀ ਵਿੱਚ ਦਿੱਤਾ ਜਾਵੇ, ਪਰ ਇਹ ਸੁਣਦੇ ਨਹੀਂ ਆ। ਇਹਨਾਂ ਨੂੰ ਚਾਹੀਦਾ ਵਾ ਕਿ ਹੁਣ ਅਕਲ ਆ ਜੇ, ਵੈਸੇ ਵੀ ਕੋਈ ਹਾਦਸਾ ਹੋਣ ਤੋਂ ਬਾਅਦ ਹੀ ਪ੍ਰਸ਼ਾਸਨ ਜਾਗਦਾ ਵਾ। ਇਹ ਬਟਾਲੇ ਦੀ ਪੁਰਾਣੀ ਫਿਤਰਤ ਆ, ਇਸ ਕਰਕੇ ਹੁਣ ਸਮਾਂ ਰਹਿਤੇ ਰਹਿੰਦੇ ਦੁਬਾਰਾ ਜਲਦੀ ਤੋਂ ਜਲਦੀ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਅੱਗੇ ਆਉਣ ਵਾਲੇ ਕੋਈ ਵੀ ਅਸੁਖਾਨੀ ਘਟਨਾ ਨਾ ਵਾਪਰ ਸਕੇ। ਜਦੋਂ ਅੱਗ ਲੱਗੀ ਹੈ ਮੈਨੂੰ ਇੱਕ ਮੈਸੇਜ ਆਇਆ ਵਾ ਸਾਰਾ ਕਲੱਬ ਵੱਲੋਂ, ਅਸੀਂ ਉਸੇ ਟਾਈਮ ਇੱਥੇ ਪੁੱਜੇ ਹਾਂ, ਦੇਖਿਆ ਵਾ ਕਿ ਫਾਇਰ ਬ੍ਰਿਗੇਡ ਦਾ ਪ੍ਰਸ਼ਾਸਨ ਦਾ ਕੋਈ ਇੱਥੇ ਪ੍ਰਬੰਧ ਨਹੀਂ ਸੀ ਹੈਗਾ, ਨਾ ਪ੍ਰੈਸ਼ਰ ਠੀਕ ਨਹੀਂ ਸੀ ਹੈਗਾ, ਕੁਛ ਵੀ ਨਹੀਂ ਸੀ ਹੈਗਾ। ਅਸੀਂ ਜਦੋਂ ਪ੍ਰੈਸ਼ਰ ਇੱਥੋਂ ਫਾਇਰ ਬ੍ਰਿਗੇਡ ਵਾਲੇ ਆਏ ਨੇ ਤੇ ਮੇਨ ਉਹਨਾਂ ਨੇ ਪ੍ਰੈਸ਼ਰ ਮਾਰਦੇ ਪਏ ਨੇ ਤੇ ਪਿੱਛੇ ਵੀ ਅੱਗ ਭੜਕ ਗਈ ਹੈ। ਮੇਰੇ ਹਿਸਾਬ ਨਾਲ ਜਦੋਂ ਤੱਕ ਮੈਂ ਆਇਆ ਵਾ ਫਾਇਰ ਬ੍ਰਿਗੇਡ ਵਾਲੇ ਲੇਟ ਆਏ ਨੇ, ਫਿਰ ਅਸੀਂ ਕੁਛ ਬੰਦੇ ਪਿਛਲੇ ਘਰ ਚਲੇ ਗਏ ਆ, ਉੱਥੇ ਅੱਗ ਇੰਨੀ ਕੁ ਭੜਕੀ ਦੀ ਸੀ। ਪ੍ਰਸ਼ਾਸਨ ਨੂੰ ਚਾਹੀਦਾ ਕਿ ਫਾਇਰ ਬ੍ਰਿਗੇਡ ਦਾ ਬੰਦੋਬਸਤ ਔਰ ਜਿਹੜੀ ਭੀੜ ਭੜੱਕੇ ਦੇ ਇਲਾਕੇ ਦੇ ਵਿੱਚ ਜਿਹੜੀ ਇਹ ਭੀੜ ਭੜਾਕਾ ਚੱਕਰੀ ਬਾਜ਼ਾਰ ਆ, ਇੱਥੇ ਕੁਛ ਨਾ ਕੁਛ ਇੰਸਟਰੂਮੈਂਟ ਐਸੇ ਲਗਾਏ ਜਾਣ ਕਿ ਕੱਲ ਨੂੰ ਅੱਗ ਹੋਰ ਵੀ ਵੱਧ ਸਕਦੀ ਹੈ, ਕਿਤੇ ਮਤਲਬ ਲੱਗ ਸਕਦੀ ਆ। ਔਰ ਇੱਥੇ ਸਮਰਸੀਬਲ ਪੰਪ ਏਦਾਂ ਦੇ ਲਗਾਉਣੇ ਚਾਹੀਦੇ ਨੇ ਜੇ ਡਾਇਰੈਕਟ ਆਉਣ। ਹੁਣ ਵੀ ਬੜੀ ਮੁਸੀਬਤ ਆ ਰਹੀ ਆ, ਉੱਧਰ ਅੱਗ ਲੱਗੀ ਦੀ ਆ, ਪਾਈਪ ਇੱਕ ਹੈ, ਪਾਈਪਾਂ ਘੱਟ ਤੋਂ ਘੱਟ ਵੀ 2-3 ਹੋਣੀਆਂ ਚਾਹੀਦੀਆਂ। ਉਧਰ ਮੌਕੇ ਤੇ ਪੁੱਜੇ ਪੁਲਿਸ ਅਧਿਕਾਰੀਆਂ ਦੇ ਮੁਤਾਬਕ ਤੰਗ ਬਾਜ਼ਾਰ ਹੋਣ ਦੇ ਕਾਰਨ ਅੱਗ ਤੇ ਕਾਬੂ ਪਾਉਣਾ ਮੁਸ਼ਕਲ ਹੋ ਰਿਹਾ ਸੀ। ਦੇਰ ਰਾਤ ਤੱਕ ਲੋਕੋ ਦੀ ਅੱਗ ਤੇ ਕਾਬੂ ਪਾਉਂਦੇ ਹੋਏ ਨਜ਼ਰ ਆਏ। ਸਰ ਇਹ ਕੀ ਸਾਰੀ ਘਟਨਾ ਹੋਈ ਤੇ ਕਿਸ ਤਰ੍ਹਾਂ ਹੋਈ ਹੈ ਤੇ ਕੀ ਹੈ? ਗਾਣਾ ਸ਼ਹਿਰ ਦੇ ਵਿੱਚ ਮੇਨ ਬਾਜ਼ਾਰ ਦੇ ਵਿੱਚ ਹੈ, ਚੱਕਰੀ ਬਾਜ਼ਾਰ 'ਚ ਕਰੀਬ 9 ਵਜੇ ਨਾ ਕਾਫੀ ਹਾਈ ਲੈਵਲ 'ਤੇ ਅੱਗ ਲੱਗੀ। ਇੱਥੇ ਬਾਜ਼ਾਰ ਤੰਗ ਹੈ, ਉਹਨਾਂ ਨੂੰ ਫਾਇਰ ਬ੍ਰਿਗੇਡ ਆਉਣ 'ਚ ਕਾਫੀ ਪ੍ਰੋਬਲਮ ਆ ਰਹੀ ਹੈ, ਟ੍ਰਿਪਲ ਸਟੋਰੀ ਹੈ ਅਤੇ ਸਾਰਾ ਹੀ ਨਾ ਭਰਿਆ ਪਿਆ ਨਾਲ ਹੀ ਕੰਬਲਾਂ ਵਗੈਰਾ ਦੇ ਨਾਲ। ਹੁਣ ਅੱਗੇ ਅੱਗੇ ਤਾਂ ਬਾਅਦ 'ਚ ਪਤਾ ਲੱਗੇਗਾ, ਫਿਲਹਾਲ ਤਾਂ ਕੰਟਰੋਲ ਕਰਨ ਕਾਫੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤਾਂ ਹੋ ਹੀ ਗਈ ਲਗਭਗ, ਬਾਕੀ ਬਾਅਦ 'ਚ ਪਤਾ ਲੱਗੇ ਕਾਰਨ ਕੀ ਹੈ। ਸਰ ਕੋਈ ਆਸ ਪਾਸ ਹੋਰ ਵੀ ਨੁਕਸਾਨ ਹੋਇਆ ਕਿਤੇ? ਹਾਂ ਲੱਗ ਰਿਹਾ, ਬਿਲਕੁਲ ਘਰਾਂ 'ਚ ਲੱਗ ਰਿਹਾ ਕਿ ਕਾਫੀ ਨੁਕਸਾਨ ਹੋ ਰਿਹਾ। ਹੁਣ ਕਾਫੀ ਗੁਰਦਾਸਪੁਰ ਤੋਂ ਮੁਸਾਇਰ ਮੰਗਵਾਏ ਨੇ, ਬਟਾਲੇ ਦੇ ਆ ਰਹੇ ਨੇ, ਕੋਸ਼ਿਸ਼ ਕਰ ਰਹੇ ਹਾਂ ਮਸਲ ਮੰਗਾਉਣ ਦੀ ਕਰ ਰਹੇ ਹਾਂ। ਸਰ ਕੀ ਮੁਸ਼ਕਿਲ ਕੀ ਆ ਰਹੀ ਹੈ ਇੱਥੇ? ਸਰ ਬਾਜ਼ਾਰ ਤੰਗ ਹੈ, ਬਿਲਕੁਲ ਬਾਜ਼ਾਰ ਤੰਗ ਹੈ, ਇਹਦੇ ਵਿੱਚ ਪਾਣੀ ਲਿਆਉਣ ਦੀ ਪ੍ਰੋਬਲਮ ਆ ਰਹੀ, ਹੋਰ ਕੋਈ ਪ੍ਰੋਬਲਮ ਨਹੀਂ ਹੈ। ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ ਟੀਵੀ NRI।